गुरदास मान तक सुखी जी लवा के जिहड़ा कदे महाराज लवा लिया कदे मानसा लवा लिया होर पता नहीं किहड़े किहड़े सिंगर लवा गुरदास मान के गाने नहीं सुनते असीं भी सुनदे तुसीं भी सुनदे होवोगे पर कदे किसानां दे पैसे उत्ते जिहड़े ला के आ उह नहीं सुने ਉਹ ਚਲੋ ਪਹਿਲਾਂ ਨੇ ਬੁਲਾਈ ਸੀ ਪ੍ਰਿੰਕਾ ਚੋਪੜਾ ਵੀ ਬੁਲਾਉਂਦੇ ਰਹੇ ਆ ਅਸੀਂ ਵੀ ਸੁਖੀ ਜੀ ਅਸੀਂ ਵੀ ਐ ਜੀ ਸੀ ਗੱਲ ਨਹੀਂ ਅਸੀਂ ਵੀ ਸਿੰਗਰ ਲਵਾਇਆ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਚੋਂ ਨਹੀਂ ਅਸੀਂ ਸਭ ਕੁਝ ਜੋ ਸਪਾਂਸਰ ਕਰਵਾ ਕੇ ਕੀਤਾ ਪੰਜਾਬ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜਾ ਬਹੁਤ ਜ਼ਰੂਰੀ ਮਤ ਹੈ ਉਹਦੇ 'ਤੇ ਬੋਲਣ ਦਾ ਮੌਕਾ ਦਿੱਤਾ ਅਤੇ ਮੈਂ ਮਾਨਯੋਗ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਤਾ ਜਿਹੜਾ ਪੇਸ਼ ਕੀਤਾ ਅਤੇ ਸਪੀਕਰ ਸਾਹਿਬ ਚਾਹੀਦਾ ਤਾਂ ਸਾਡੇ ਜਿਹੜੇ ਵਿਰੋਧੀ ਧਿਰ ਦੇ ਸਾਥੀ ਵੀ ਆ ਉਹਨਾਂ ਨੂੰ ਕਿਉਂਕਿ ਮਤਾ ਕੋਈ ਇਹ ਥੋੜ੍ਹੀ ਆ ਵੀ ਅਸੀਂ ਆਪਦੇ ਲਈ ਲੈ ਕੇ ਆਉਂਦਾ ਜੇ ਅਸੀਂ ਪੰਜਾਬ ਦੇ ਲੋਕਾਂ ਨੇ ਇੱਥੇ ਚੁਣ ਕੇ ਭੇਜੇ ਹਾਂ ਤਾਂ ਇਹਨਾਂ ਦੇ ਹਲਕਿਆਂ 'ਚ ਵੀ ਕਿਸਾਨ ਹੋਣਗੇ ਇਹਨਾਂ ਦੇ ਹਲਕਿਆਂ 'ਚ ਵੀ ਟੁੱਟੀਆਂ ਸੜਕਾਂ ਹੋਣਗੀਆਂ ਜਿਨ੍ਹਾਂ ਦੇ ਲਈ ਅੱਜ ਸੂਬਾ ਸਰਕਾਰ ਮੰਗ ਕਰ ਰਹੀ ਹੈ ਸੋ ਇਹਨਾਂ ਨੂੰ ਚਾਹੀਦਾ ਸੀਗਾ ਕਿ ਇੱਥੇ ਬੈਠ ਕੇ ਆਪਣੀ ਜਿਹੜੀ ਗੱਲ ਹੈ ਉਹ ਰੱਖਦੇ ਅਤੇ ਸੈਂਟਰ ਤੱਕ ਅਸੀਂ ਸਾਂਝੀ ਆਵਾਜ਼ ਭੇਜਦੇ ਵੀ ਭਾਈ ਇਹ ਪੰਜਾਬ ਦਾ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਇਹ ਮਸਲਾ ਹੈਗਾ ਪਰ ਚਲੋ ਕਿਉਂਕਿ ਹਰ ਸੈਸ਼ਨ 'ਚ ਇਹਨਾਂ ਨੇ ਕਰਨਾ ਹੁੰਦਾ ਚਲੇ ਗਏ ਸੋ ਸਪੀਕਰ ਸਾਹਿਬ ਜਿਵੇਂ ਮੰਤਰੀ ਸਾਹਿਬ ਨੇ ਮੇਰੇ ਨਾਲੋਂ ਪਹਿਲਾਂ ਬੋਲਦਿਆਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਨੇ ਕਦੇ ਵੀ ਅਤੇ ਸਭ ਤੋਂ ਵੱਧ ਸ਼ਹਾਦਤਾਂ 80% ਸ਼ਹਾਦਤਾਂ ਜਿਹੜੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਉਦੋਂ ਬਾਅਦ ਰੱਖਿਆ ਕਰਨ ਲਈ ਵੀ 65 ਦੀ ਲੜਾਈ ਹੋਈ 71 ਦੀ ਲੜਾਈ ਹੋਈ ਉਹਦੇ ਵਿੱਚ ਤਾਂ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਉਹਨਾਂ ਨੇ ਹੱਕਾਂ 'ਤੇ ਗੋਲੀਆਂ ਖਾਧੀਆਂ ਅਤੇ ਹਰੀ ਕ੍ਰਾਂਤੀ ਜਿਹੜੇ ਚੌਲ ਹੈ ਰਾਈਸ ਹੈ ਸਾਡੀ ਖੁਰਾਕ ਥੋੜ੍ਹੀ ਹੈ ਜਦੋਂ ਸਾਡਾ ਦੇਸ਼ ਨੂੰ ਠੂਠਾ ਲੈ ਕੇ ਵੱਡੇ ਅਮਰੀਕਾ ਵਰਗੀਆਂ ਜਿਹੜੀਆਂ ਤਾਕਤਾਂ ਸੀ ਉਹਨਾਂ ਦੇ ਅੱਗੇ ਹੱਥ ਅੱਡਣਾ ਪੈਂਦਾ ਸੀ ਜਿਸ ਦੇਸ਼ ਨੂੰ ਆਤਮ ਨਿਰਭਰ ਕੀਤਾ ਤਾਂ ਉਹ ਪੰਜਾਬ ਨੇ ਕੀਤਾ ਅਤੇ ਪੰਜਾਬ ਦੇ ਜਿਹੜੇ ਕਿਸਾਨਾਂ ਨੇ ਕੀਤਾ ਅਤੇ ਸਰ ਉਹ ਐਵੇਂ ਨਹੀਂ ਹੋ ਗਿਆ ਅਸੀਂ ਆਪਦਾ ਪਾਣੀ ਬਰਬਾਦ ਕਰ ਲਿਆ ਅਸੀਂ ਆਪਦੀ ਧਰਤੀ ਬਰਬਾਦ ਕਰ ਲਈ ਦੇਸ਼ ਨੂੰ ਆਤਮ ਨਿਰਭਰ ਕਰ ਲਈ ਅਤੇ ਸਾਨੂੰ ਮਿਲਿਆ ਕੀ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਜੇ ਇੱਥੇ ਪੰਜਾਬ ਦਾ ਮਾੜਾ ਦੌਰ ਵੀ ਆਇਆ ਅੱਤਵਾਦ ਵੀ ਆਇਆ ਉਹਦੇ ਵਿੱਚ ਇੱਧਰੋਂ ਵੀ ਉੱਧਰੋਂ ਵੀ ਜਿਹੜੇ ਪੁਲਿਸ ਵਾਲੇ ਵੀ ਮਰੇ ਆ ਦੂਜੇ ਮੁੰਡੇ ਮਰੇ ਉਹ ਵੀ ਸਾਡੇ ਮਰੇ ਸਾਡੇ ਪੰਜਾਬ ਦੇ ਬੱਚਿਆਂ ਜਾਨਾਂ ਗਈਆਂ ਅਤੇ ਜੇ ਮਿਲਟਰੀ ਪੰਜਾਬ 'ਚ ਆਈ ਉਹਦਾ ਖਰਚਾ ਵੀ ਪੰਜਾਬ 'ਤੇ ਪਾਤਾ ਜਿਹਦੇ ਕਰਕੇ ਉਹੀ ਖਰਚ ਜਿਹੜਾ ਕਰਜ਼ਾ 'ਚ ਵਾਧਾ 3 ਲੱਖ ਕਰੋੜ ਰੁਪਇਆ ਜਿਹੜਾ ਉਹ ਪਹੁੰਚ ਚੁੱਕਿਆ ਹੈਗਾ ਅਤੇ ਉਸ ਤੋਂ ਬਾਅਦ ਇਹ ਨਹੀਂ ਵੀ ਕਦੇ ਅੱਜ ਤੱਕ ਜਦੋਂ ਕੋਈ ਸੈਂਟਰ ਦੀਆਂ ਇਲੈਕਸ਼ਨਾਂ ਆਉਂਦੀਆਂ ਵੀ ਕਦੇ ਕਿਸੇ ਸਰਕਾਰ ਨੇ ਕੋਈ ਕਿਸੇ ਸੂਬੇ ਲਈ ਪੈਕੇਜ ਨਾ ਦਿੱਤਾ ਹੋਵੇ ਬਿਹਾਰ ਜਾ ਕੇ ਪੈਕੇਜ ਅਨਾਊਂਸ ਕਰ ਦਿੰਦੇ ਆ ਹੋਰ ਜਿਹੜੇ ਸੂਬੇ ਚਲੋ ਸਾਰੇ ਸੂਬਿਆਂ ਦਾ ਮੈਂ ਨਹੀਂ ਕਹਿੰਦਾ ਵੀ ਕਿਸੇ ਸੂਬੇ ਦਾ ਵੀ ਭਾਈ ਕੋਈ ਰੋਲ ਇਸ ਦੇਸ਼ ਲਈ ਨਹੀਂ ਹੈਗਾ ਸਾਰੇ ਸੂਬਿਆਂ ਦੇ ਜਿਹੜੇ ਨੌਜਵਾਨ ਨੇ ਜਿਹੜੇ ਆ ਸਰਹੱਦਾਂ 'ਤੇ ਰਾਖੀ ਕਰਦੇ ਆ ਸਾਰੇ ਸੂਬਿਆਂ ਦਾ ਆਪਦਾ ਆਪਦਾ ਰੋਲ ਹੈ ਪਰ ਸਾਡਾ ਰੋਲ ਸਭ ਤੋਂ ਵੱਧ ਹੈ ਹਰੇਕ ਸੂਬੇ ਨੂੰ ਕੋਈ ਨਾ ਕੋਈ ਸਪੈਸ਼ਲ ਪੈਕੇਜ ਮਿਲ ਜਾਂਦਾ ਇੰਨੀਆਂ ਕੁਰਬਾਨੀਆਂ ਦਿੱਤੀਆਂ ਇੰਨਾ ਸੰਤਾਪ ਭੋਗਿਆ ਪਰ ਕਦੇ ਕਿਸੇ ਕੇਂਦਰ ਸਰਕਾਰ ਨੇ ਸਾਨੂੰ ਕੋਈ ਸਪੈਸ਼ਲ ਪੈਕੇਜ ਨਹੀਂ ਦਿੱਤਾ ਮਿਲਟਰੀ ਤੱਕ ਦਾ ਖਰਚਾ ਜਿਹੜਾ ਸਾਡੇ 'ਤੇ ਪਾਤਾ ਅਤੇ ਉਦੋਂ ਬਾਅਦ ਵੀ ਭਾਵੇਂ ਜਿਹੜੇ ਸਾਥੀ ਉੱਠ ਕੇ ਚਲੇ ਗਏ ਜਾਂ ਪਹਿਲਾਂ ਜਿੰਨੀਆਂ ਸਰਕਾਰਾਂ ਰਹੀਆਂ ਸਮੇਂ-ਸਮੇਂ 'ਤੇ ਇਹਨਾਂ ਦੀਆਂ ਕੇਂਦਰ ਸਰਕਾਰਾਂ ਬਣਦੀਆਂ ਰਹੀਆਂ ਨੇ ਕਦੇ ਕਿਸੇ ਨੇ ਸਾਡੇ ਜਿੰਨੇ ਗਵਾਂਢੀ ਸੂਬੇ ਹੈ ਕਦੇ ਜੀ ਹਿਮਾਚਲ ਨੂੰ ਟੈਕਸੀ ਛੋੜ ਦਿੱਤੀ ਕਦੇ ਜੀ ਉੱਤਰਾਖੰਡ ਨੂੰ ਟੈਕਸੀ ਛੋੜ ਦਿੱਤੀ ਸਾਰੀ ਇੰਡਸਟਰੀ ਵੀ ਸਾਡੀ ਤਾਂ ਉੱਥੇ ਜਾਂਦੀ ਰਹੀ ਜਦੋਂ ਗਵਾਂਢੀ ਸੂਬੇ 'ਚ ਟੈਕਸੀ ਛੋਟ ਹੈ ਤਾਂ ਇੰਡਸਟਰੀ ਇੱਥੇ ਕੋਈ ਆਊਗੀ ਹਮੇਸ਼ਾ ਜਿਹੜਾ ਪੰਜਾਬ ਦੇ ਨਾਲ ਜਿਹੜਾ ਵਿਤਕਰ ਹੈ ਉਹ ਹਰ ਜਗ੍ਹਾ 'ਤੇ ਕੀਤਾ ਗਿਆ ਅਤੇ ਆਹ ਤਾਂ ਜਮਾਂ ਹੀ ਹੱਦ ਲਾਤੀ ਇਹਦਾ ਇੱਕੋ ਇੱਕ ਸਰ ਜਿਹੜਾ ਕਾਰਨ ਹੈ ਨਾ ਇਹ ਕਿਸਾਨਾਂ ਦੇ ਨਾਲ ਕਿਉਂਕਿ ਇਹਨਾਂ ਨੂੰ ਪਤਾ ਕਿ ਪੈਸਾ ਜਿਹੜਾ ਲੱਗਣਾ ਉਹ ਪਿੰਡਾਂ ਦੀਆਂ ਜਿਹੜੀਆਂ ਸੜਕਾਂ ਨੇ ਜਿਹੜੀਆਂ ਮੰਡੀਆਂ ਨੂੰ ਜੋੜਦੀਆਂ ਉਹਨਾਂ 'ਤੇ ਲੱਗਣਾ ਇਹ ਸੜਕਾਂ ਜਿਹੜੇ ਖਰੀਦ ਕੇਂਦਰ ਹੈ ਜਿਹੜੀਆਂ ਮੰਡੀਆਂ ਨੇ ਉਹਨਾਂ 'ਤੇ ਲੱਗਣਾ ਇਸੇ ਕਰਕੇ ਕਿਸਾਨਾਂ ਦੇ ਨਾਲ ਕਿਹੜੇ ਕੱਢਣ ਲਈ ਕਿ ਜਿਹੜਾ ਉਹਨਾਂ ਨੇ ਪਿਛਲੇ ਸਮੇਂ 'ਚ ਜਿਹੜੇ ਮੋਦੀ ਜੀ ਕਾਲੇ ਕਾਨੂੰਨ ਲੈ ਕੇ ਆਏ ਸੀ ਅਤੇ ਕਿਸਾਨਾਂ ਨੇ ਜਿਹੜੇ ਧੌਣ 'ਤੇ ਗੋਡਾ ਰੱਖ ਕੇ ਵਾਪਸ ਕਰਵਾਇਆ ਉਹਦੇ ਕਰਕੇ ਜਿਹੜੇ ਪੰਜਾਬ ਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਵਿਹਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਨਹੀਂ ਹੋਰ ਤਾਂ ਦੱਸੋ ਕਾਰਨ ਹੀ ਨਹੀਂ ਕੋਈ ਕੇਵਲ ਅਤੇ ਕੇਵਲ ਬਦਲਾਖੋਰੀ ਵਾਲੀ ਜਿਹੜੀ ਨੀਤੀ ਹੈ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜੀ ਹੈ ਕੇਂਦਰ ਸਰਕਾਰ ਵੱਲੋਂ ਅਪਣਾਈ ਜਾ ਰਹੀ ਹੈ ਅਤੇ ਉਹ ਕਿਸਾਨ ਕਿਉਂਕਿ ਉਹਨਾਂ ਨੂੰ ਵੀ ਅੱਜ ਹੁਣ ਭਾਜਪਾ ਦੇ ਸਾਥੀ ਇੱਥੇ ਬੈਠੇ ਨਹੀਂ ਯਾਦ ਹੈ ਕਿ ਜਦੋਂ ਧਰਨਾ ਚੱਲਦਾ ਸੀ
क्योंकि वह किसान का भी कली किसानी नहीं अज जे मैं पहला गल की कि बॉडर से शहीद होंगे वह भी किसानों के पुत्र है उदो उन्होंने कहा गया जी ये तो वक्खवादी ने जी ये तो जी देश को तोड़न दल करते हैं पर वो किसान दियाँ सर तीन तीन पीढ़ियां जड़िया ने बॉडर से शहीद हुई उस तो पहला भी धरना लगन तो पहला भी साढ़े बड़े किसान के पुत बॉडर शहीद होंगे रहे हैं तो किसान धरना खत्म होने तो बाद भी वह शहीदियां बंद नहीं हुई मनजीत बिलासपुर जी कल मांग कर रहे थे कि जी साढ़े हल्के चो शहीद होया उन्हूं एक करोड़ रुपया उहदे नाल चार जिहड़े होर नौजवान ने जिहड़े पंजाब दे शहीद होए ने ते अज भी जिहड़ियां पंजाब दीआं शहीदियां लगातार जिहड़ियां वह जारी ने सो सर ये जिहड़ा वितकरा पंजाब नाल लंबे समय तो किया जांदा इहनूं जिहड़ी साडी मौजूदा भगवंत मान जी की सरकार है ये जिहड़ा असीं कोई आरडीए मंग रहे असीं कोई ये नहीं भी भाई ये साडी मंग है कोई भीख नहीं मंग रहे ये साडा हक है तो जे कोई ये रोज़ कह देंदे साडे जिहड़े ओपोजिशन के साथी है जी ये तो जी फलाने इन्होंने फंडा की दुरवरतों कर ली सी ऐ कर ली सी जे दुरवरतों कर ली तुसीं उदों सरकार दे साथी रहे हो जिम्मेवार तुसीं हो जां जिन्हां ने कीती तुसीं उन्हां ते कार्रवाई करो मैं भी मानता भी हाँ दुरवरतों इन्होंने की होगी पर तुसीं मौजूदा जिहड़े अज दे समें दे लोक ने अज पंजाब दे किसान ने उन्हां दी गलती की दुरवरतों का मैं तुहानूं दस दिंदा कि आ हुण साडे साथी इत्थे जे बैठे होंदे तां उन्हां नूं ये गल्लां सुणदे जां तां जवाब दिंदे स्पीकर साहब इन्होंने तुसीं भी मैंबर रहे हो पिछले पांच साल क्योंकि वादा कीता सी कि करजा कुरकी खत्म फसल की पूरी रकम 10,000 करोड़ का जिहड़ा करज आरडीएफ जिहड़ा आ मंडीकरण बोर्ड की फीस है ये ते जिहड़ा वह करज लै लिया भी ये जो तुसीं जी कट लिया करो उहदे चों 4600 करोड़ रुपए का तो करजा माफ करता तो बाकी 5400 करोड़ पता नहीं उहदे चों गुरदास मान तक सुखी जी लवा के जिहड़ा कदे महाराज लवा लिया कदे मानसा लवा लिया होर पता नहीं किहड़े किहड़े सिंगर लवा आए वह पैसे चों 10,000 करोड़ चों लवा के सुंदे रहे ऐसी गल नहीं भी असीं गुरदास मान के गाने नहीं सुनते असीं भी सुनदे तुसीं भी सुनदे होवोंगे पर कदे किसानां दे पैसे उत्ते जिहड़े ला के आ उह नहीं सुने वह चलो पहला ने बुलाई थी प्रियंका चोपड़ा भी बुला रहे हैं असी भी सुखी जी असी भी ऐसी गल नहीं असी भी सिंगर लवाया खेडा वतन पंजाब दियां करवाइया पंजाब दे लोकां दे टैक्स दे पैसे चो नहीं असी सब कुछ जो स्पोंसर करवा के किया जां असी भाई आप दे लिहाज वाले वैसे बुला रहे भी भाई तुसी मुफ्त जिहड़ा उगा दो पंजाब कल्ले साडा थोड़ी है इन्हां लोकां ने सर ना तो पंजाब दे किसानां दा करजा माफ किया उहदे ते लोन भी लिया तो हुण ना तो सेंटर वो पैसे सानू जिहड़ा आरडीएफ दे रहे आ उल्टा उहदियां जिहड़ियां 10,000 करोड़ दियां किश्तां ने आ चीमा साहब बैठे आ पता नहीं ये बिजली भी माफ करी जांदे ना कुछ किवें करदे होणगे विचों इन्हां दियां जो करतूतां कीतियां उहदे पैसे भी मोड़ी जांदा मैं तां कहिंदा धन ने ये भी है इन्हां जिहड़े सरकार ने वादे कीते आ उह भी पूरे करी जांदे आ आ मैं तां वधाई ईटीओ साहब नूं शब्द कट्टिया जावे ईटीओ साहब नूं भी दिंदा इन्हां ने भी तुसीं देखो आ पिछे जो लिस्ट कढ़ी आ कोई आरडीए फंड नहीं आ रहा जिहड़ियां सड़कां बनियां ने इन्हां ने मैनूं लगदा भी घट्टो घट 100 सड़क की लिस्ट कढ़ी आ भी आ सड़कां नूं पैसे देवांगे हालांकि मेरे हल्के की कोई सड़क है होर हल्कां दी इन्हां ने बड़ियां पातियां मैं चलो एक लई भी धन्नवाद करदा उम्मीद करदा आने वाले समय से दूजियां भी पा देणगे पर फिर भी साडी सूबा सरकार अपने वल्लों भी मतलब कि होर पास्यों क्योंकि मैं चीमा साहब नूं वधाई दिंदा कि 40% ये मुख्यमंत्री साहब ने 40% रेवन्यू जिहड़ा पिछले साल नालों अज तक नहीं होया इत्थों बड़ियां सरकारां बणियां कि किसी सरकार की पिछले साल नालों 40% कमाई वधी होवे सो इहदे नाल मुख्यमंत्री साहब नूं चीमा साहब नूं वधाई हो कमाई वधी क्योंकि कह दिंदे आ ना जी तुसीं तां कुछ नहीं कीता असीं कोई जेब चों नहीं कीता जो किया पहला कमाई वधाई कमाई वधी उहदे चों ही 29,000 मुलाजमां नौकरियां दित्तियां कमाई वधी उहदे चों ही कच्चे मुलाजम पक्के कीते कमाई वधी उहदे चों ही 600 यूनिट बिजली दे मुफ्त दित्ते कमाई वधी है उहदे करके भावें सेंटर वितकरा कर रहे पर साडे मंत्री साहब फिर भी सड़कां जिहड़ियां ने उह बना रहे हैं पर सर सड़कां बहुत ने हर जिलियां च काम बहुत ने किसानां दे लई सो असीं परजोर मंग करदे हां जिहड़ा मैं मता मंत्री साहब ने लैके आंदा उहदी प्रोड़ता करदा कि जिहड़े फंड है सेंटर नूं तुरंत जिहड़े जारी है वह करने चाहिए है बहुत धन्यवाद डॉक्टर सुखविंदर कुमार जी सुखी।